ਅਸਲਾਮੁਅਲੈਕੁਮ, ਕੀ ਹਾਲ ਚਾਲ ਹੈ? ਠੀਕ ਹੋ ਯਾਰ? ਮੈਨੂੰ ਕਿਉਂ ਗੱਲ ਦੱਸੋ ਪਹਿਲੇ, ਅੱਜ ਦਾ ਵਲੋਗ ਬਹੁਤ ਬਿਹਤਰੀਨ ਹੋਏਗਾ। ਤੁਸੀਂ ਜਵਾਬ ਦੇ ਦਿਓ। ਪਹਿਲੇ ਤਾਂ ਲਾਈਟ ਚਲਾਉਂਦੇ ਨਾ, ਉੱਧਰਲੀ ਲਾਈਟ ਚੱਲ ਹੁੰਦੀ ਹੈ ਸਿਰਫ, ਇਹਦਾ ਕਨੈਕਸ਼ਨ ਉਲਟ ਲਾਈ ਹੈ। ਵੇਖੋ ਇਹ ਪੱਖਾ ਚੱਲ ਗਿਆ, ਦੇਖੋ ਉਲਟਾ, ਉਲਟੇ ਬਟਨ ਲੱਗੇ ਇਹ ਸਾਰੇ। ਅਤੇ ਮੈਨੂੰ ਜਵਾਬ ਇਹ ਚਾਹੀਦਾ ਕਿ ਮੈਂ ਫੇਮਸ ਹੋ ਜੂੰਗਾ ਕਿ ਨਹੀਂ ਹੋ ਜੂੰਗਾ, ਤੁਸੀਂ ਅੱਜ ਜਵਾਬ ਦੇ ਦਿਓ। ਮੈਂ ਕੋਈ ਸਮਝ ਨਹੀਂ ਆ ਰਹੀ, ਬਾਕੀ ਪੁੱਛੋ। ਚਲੋ ਇੱਥੇ ਮੈਂ ਰਾਤ ਦੀ ਵੀਡੀਓ ਬਣਾਉਂਦੇ ਅੱਜ। ਚਲੋ ਗਾਈਸ, ਸੁਬਾਹ ਸੁਬਾਹ ਅਭੀ ਸੁੱਤੇ ਹੋਏ ਆ, ਇਹਨਾਂ ਦਾ ਪਤਾ ਨਹੀਂ, ਉਹ ਵੀ ਮੈਂ ਲੱਗਦਾ ਸੁੱਤੇ ਆ। ਸੁਬਾਹ ਸੁਬਾਹ ਆ ਸਾਡੇ ਛੋਟੇ ਛੋਟੇ ਕਿਚਨ, ਉਹ ਆਪਣਾ ਸਾਹਮਣੇ ਆਪਣਾ ਵਾਸ਼ਰੂਮ, ਉਹ ਆਪਣਾ ਮੇਸਨ, ਆਪਣੇ ਕੱਪੜੇ ਟੰਗੇ ਕੰਮ ਵਾਲੇ। ਅਤੇ ਚਲੋ ਹੁਣ ਮੇਰੇ ਜਿਹੜੇ ਸਾਈਡ 'ਤੇ ਉਹ ਤਾਂ ਹੁਣ ਦੱਸੋ। ਯਾਰ ਮੈਨੂੰ ਦੱਸੋ ਮੈਂ ਫੇਮਸ ਹੋ ਜੂੰਗਾ ਕਿ ਨਹੀਂ ਯੂਟਿਊਬ 'ਤੇ, ਦੱਸੋ ਮੈਨੂੰ। ਹੁਣ ਤਾਂ ਸਮੇਂ ਨਹੀਂ ਆ ਵੀ ਚੱਲਣ ਕੀ ਰਿਹਾ, ਮੈਨੂੰ ਤਕਰੀਬਨ 2 ਸਾਲ ਹੋ ਚੱਲੇ। ਪਹਿਲਾਂ ਪਿਛਲਾ ਰਮਜ਼ਾਨ ਵੀ ਲੰਘ ਗਿਆ, ਤਾਂ ਵੀ ਰਮਜ਼ਾਨ ਲੰਘ ਗਿਆ, ਸਮੇਂ ਨਹੀਂ ਆਉਂਦੀ ਮੈਂ ਕਦੋਂ ਫੇਮਸ ਹੋਣਾ। ਦੱਸੋ ਯੂਟਿਊਬ ਸਾਰਿਆਂ ਨੂੰ, ਜਿੰਨੇ ਵੀ ਆ ਫੇਮਸ ਤੋਂ ਫੇਮਸ, ਸਾਰਿਆਂ ਨੂੰ ਇਹ ਸਵਾਲ ਆ, ਮੈਨੂੰ ਦੱਸੋ ਫੇਮਸ ਕਿੱਦੋਂ ਹੋਣਾ। ਯਾਰ ਹਰ ਕੰਮ ਦੁਬਾਰੇ ਦੇਖ ਲਿਓ, ਰੋਸਟਿੰਗ ਮੈਂ ਕਰ ਲਈ, ਰਿਸਪੈਕਟ ਵੀਡੀਓ ਮੈਂ ਬਣਾ ਲਈ, ਵਲੋਗਿੰਗ ਮੈਂ ਸ਼ੁਰੂ ਕਰਤੀ। ਮੈਂ ਸੋਚਿਆ ਸੀ ਵਲੋਗਿੰਗ ਕੁਛ ਬਣ ਜਾਏਗਾ, ਬਣ ਲੈਂਦੇ ਆ, ਸਮੇਂ ਨਹੀਂ ਆ ਰਹੀ, ਇੰਨੇ ਰੰਗ ਲੱਗ ਗਏ, ਇੰਨਾ ਫੇਮਸ ਹੋ ਗਿਆ, ਕਿੱਥੇ ਫੇਮਸ ਹੋ, ਕੋਈ ਸਮਝ ਨਹੀਂ। ਮੈਂ ਅੱਜ ਕੰਮ 'ਤੇ ਵੀ ਨਹੀਂ ਗਿਆ, ਤਾਂ ਮੈਂ ਕਿਹਾ ਚਲੋ ਫਿਰ ਵਲੋਗ ਬਣਾਉਂਦੇ ਹਾਂ। ਹੁਣ ਮੈਂ ਪੁੱਛਾਂ ਕਿ ਮੈਂ ਕਿਉਂ ਨਹੀਂ ਫੇਮਸ ਹੋ ਰਿਹਾ, ਵਲੋਗ ਬਣਾਉਂਦਾ ਮੰਮੀ ਜਿੱਦਾਂ ਦੂਜੇ ਬਣਾਉਂਦੇ ਆ, ਵਿੱਚ ਕਮੀ ਆ ਰਹੀ, ਮੈਨੂੰ ਦੱਸੋ। ਸੋਚਣ ਵਾਲੀ ਗੱਲ ਆ ਯਾਰ, ਸਮਝ ਕੋਈ ਨਹੀਂ ਆ ਰਹੀ, ਕੋਈ ਸਮਝ ਨਹੀਂ ਆ ਰਹੀ। ਜਦੋਂ ਅੱਜ ਬਲੇਕ ਵਲੋਗ ਵੇਖਣਾ, ਕੋਈ ਮੇਰੇ ਡੈਡੀ ਵੇਖਦੇ, ਸਾਰੇ ਘਰ ਦੇ ਵੇਖਦੇ, ਉਹਨਾਂ ਨੇ ਹੱਸਣਾ ਕਿ ਇਹ ਕਿੱਦਾਂ ਵਲੋਗ ਬਣਾਇਆ। ਪਰ ਅੱਜ ਰੁਕ ਲਓ, ਜਿਹੜਾ ਥੋੜ੍ਹੀ ਬਲਾਈਨੈਸ ਵਧਾ ਦੀ, ਠੀਕ ਹੈ? ਹੁਣ ਮੈਂ ਚੜੀ ਜਾ ਰਿਹਾ, ਠੀਕ ਹੋ? ਕੀ ਰੌਲਾ ਕੀ ਆ, ਤੁਸੀਂ ਅੱਜ ਮੈਨੂੰ ਜਵਾਬ ਦੇ ਦਿਓ, ਠੀਕ ਹੈ? ਕੋਈ ਸਮਝ ਨਹੀਂ ਦਿਖਾ ਸਕਦੀ, ਵਲੋਗ ਜ਼ਿਆਦਾ ਅਪਲੋਡ ਕਰਦਾ ਮੈਂ, ਮੈਨੂੰ ਤਕਰੀਬਨ 25 ਦਿਨ ਹੋ ਚੱਲੇ, ਤਕਰੀਬਨ 100 ਦਿਨ ਬਣ ਗਏ, ਮੈਨੂੰ ਕੋਈ ਸਮਝ ਨਹੀਂ ਆਈ। ਮੈਂ ਕਿਹਾ ਸੀ ਕੰਟਰੀ ਚੇਂਜ ਹੋਏਗੀ, ਵਲੋਗ ਅੱਛਾ ਬਣੇਗਾ, ਵਲੋਗ ਵੀ ਥੋੜ੍ਹਾ ਬਹੁਤਾ ਅੱਛਾ ਬਣਦਾ, ਜਦੋਂ ਨਹੀਂ ਬਣਦਾ, ਜਿੰਦਾ ਵੀ ਬਣਦਾ, ਪਰ ਵਲੋਗ ਫਿਊਜ਼ ਤਾਂ ਆਉਣੇ ਚਾਹੀਦੇ। ਪਰ ਕੋਈ ਸਮਝ ਨਹੀਂ ਆ ਰਹੀ, ਫਿਰ ਇੱਥੇ ਮੈਂ ਹੋਰ ਬੰਦੇ ਵੇਖਦਾ ਯੂਟਿਊਬਰ ਸਾਊਦੀ ਅਰਬ ਦੇ ਹੈਗੇ, ਮਾਸ਼ਾਅੱਲਾ ਕੰਮ ਕਰਨ ਦੇ ਪਾਕਿਸਤਾਨ ਵਿੱਚ, ਇੱਥੇ ਉਹਨਾਂ ਦੇ ਵੀ ਠੀਕ ਹੈ ਤਕਰੀਬਨ। ਹੱਲ ਕਰਨਾ ਯਾਰ, ਕੁਛ ਤਾਂ ਹੱਲ ਕਰਨਾ ਪੈਣਾ ਹੀ ਆ, ਠੀਕ ਆ? ਤੁਸੀਂ ਆਹ ਹੱਲ ਕੱਢੋ, ਦੱਸੋ ਕੀ ਕਰੇ ਬੰਦਾ, ਨਹੀਂ ਕੀ ਕਰੇ, ਨੱਚ ਕੇ ਦਿਖਾ ਦੇ, ਹੁਣ ਵੀ ਨੌਜਵਾਨ ਕਿਹੜਾ,
ਇਲੀਗਲ ਤੇ ਬਲੋਗਿੰਗ ਸ਼ੁਰੂ ਕੀਤੀ ਸੀ ਮੈਂ ਕਿਹਾ ਸੀ ਚੱਲ ਬਲੋਗ ਕਰਾਂਗੇ ਇੱਕ ਇਨਕੋਲ ਕਾਜ ਜਿੱਥੇ ਆਏ ਈਦ ਕੋਈ ਨਹੀਂ ਇੱਥੇ ਕੋਈ ਨਹੀਂ ਈਦ ਮਨਾਉਂਦਾ ਮੁੰਡਾ ਪਾਕਿਸਤਾਨ ਹੁੰਦੇ ਸੀਗੇ ਕਜ਼ਨ ਹੁੰਦੇ ਸੀ ਚੱਲ ਚੱਲ ਜਾਈਦਾ ਸੀ ਕਿਤੇ ਪਾਰਕ ਚੱਲਦੇ ਕਦੀ ਕਿਤੇ ਕਦੀ ਕਿਤੇ ਦੂਸਰੇ ਦਿਨ ਬਲੋਗ ਦੂਸਰੇ ਦਿਨ ਈਦ 'ਚ ਪਾਰਕ ਜਾਵਾਂਗੇ ਪਾਰਕ ਮਿਲ ਗਏ ਕੱਲ੍ਹ ਇੱਦਾਂ ਹੀ ਸੌ ਕੇ ਨਾਲ ਲਿਆ ਰਿਹਾ ਕੋਈ ਸਮਝ ਨਹੀਂ ਆਉਂਦੀ ਮੈਂ ਬਲੋਗ ਹੋਣੇ ਸੁਬਹਾ ਸੁਬਹਾ ਇਸ ਲਈ ਸ਼ੂਟ ਕਰਦਾ ਕੋਈ ਪਿੱਛੇ ਹੈ ਨਹੀਂਗਾ ਇਹਦੇ ਇੱਦਾਂ ਬਲੋਗ ਨਹੀਂ ਬਣਨਾ ਮੇਰੇ ਕੋਲ ਬਾਕੀ ਦਾ ਦੋ ਯਾਰ ਇਹ ਬਹੁਤ ਹੋ ਗਈ ਇੱਥੇ ਸਾਰਾ ਸਾਰਾ ਬੇਇੱਜ਼ਤੀ ਆ ਬੰਦਾ ਕੀ ਕਰੋ ਬਾਕੀ ਤੁਸੀਂ ਸੋਚ ਕੇ ਦੱਸ ਦਿਓ ਠੀਕ ਹੈ ਤੁਹਾਡੇ ਕੋਲ ਟਾਈਮ ਆ ਦੱਸ ਦਿਓ ਅੱਜ ਕੁਛ ਨਾ ਕੁਛ ਦੱਸ ਦਿਓ ਬਹੁਤ ਬਹੁਤ ਜਲੀਲ ਕਰਤਾ ਮੈਨੂੰ ਬਹੁਤ ਜਲੀਲ ਕਰਾਂਗੇ ਤੁਸੀਂ ਬਹੁਤ ਜ਼ਿਆਦਾ ਜਲੀਲ ਕਰਾਂਗੇ ਤੁਸੀਂ ਯਕੀਨ ਕਰ ਲਓ ਬਹੁਤ ਜਲੀਲ ਇਹ ਬਹੁਤ ਬੇਇੱਜ਼ਤੀ ਹੈ ਬਾਕੀ ਤੁਸੀਂ ਸਾਹ ਪੜ੍ਹੋ ਨਾਨੇ ਸਾਹਿਬ ਕੋਲ ਇੱਧਰ ਆ ਦੇਖੋ ਇੱਧਰ ਆ ਸੁਬਹਾ ਸੁਬਹਾ ਆ ਸੁੱਤਾ ਨਾ ਅਸੀਂ ਵੀ ਲੋਕ ਬਣਾ ਦੀ ਮੇਰੇ ਨਾਲ ਉੱਠ ਕੇ ਸੁਬਹਾ ਸੁਬਹਾ ਉੱਠ ਕੇ ਕੰਮ ਤਾਂ ਨਹੀਂ ਗਏ ਸੀ ਬਾਂਧੇ ਮੈਂ ਸੁਬਹਾ ਪਹਿਲੇ ਤਾਂ ਉੱਠਿਆ ਮਤਲਬ ਕਿਹਾ ਨਾਸ਼ਤਾ ਕਰਨ ਚਲੀ ਆਇਆ ਨਾਸ਼ਤਾ ਜਿਹਨੇ ਮੈਨੂੰ ਵੇਲਾ ਕਿਹਾ ਮੈਂ ਨਾਸ਼ਤਾ ਵੀ ਨਹੀਂ ਕੀਤਾ ਮੈਂ ਤੁਹਾਨੂੰ ਅੱਜ ਐਡਾ ਵੀ ਆਈ ਪੀ ਨਾਸ਼ਤਾ ਕਰਵਾਉਣਾ ਸੋਨਾ ਕਰ ਲਿਆ ਮੈਂ ਇਕੱਲਾ ਕਰਕੇ ਆ ਰਿਹਾ ਇਕੱਲਾ ਕਰ ਆਇਆ ਇੱਕ ਵੀ ਆਈ ਤੈਨੂੰ ਇਸ਼ਾਰਾ ਨਹੀਂ ਕਿ ਮੈਂ ਜਾਂ ਦੇ ਬਲੋਗ ਵੇਖਦਾ ਪਰ ਮੈਨੂੰ ਪਤਾ ਵਾ ਕਿੱਦਾਂ ਦਾ ਨਾਸ਼ਤਾ ਕਰਨਾ ਜਾਂ ਬਾਈ ਜਾਂ ਬਾਈ ਤਾਂ ਕਰਦਾ ਉਹ ਤਾਂ ਹੁਣ ਇੱਥੇ ਨਹੀਂ ਆਉਂਦਾ ਉਹ ਚੱਲ ਗਿਆ ਪਾਈਏ ਡਾਕ ਅਸੀਂ ਹਾਂ ਹੁਣ ਇੱਥੇ ਬਾਕੀ ਚਲੋ ਤੁਹਾਨੂੰ ਬਾਹਰ ਦਾ ਵਿਊ ਦਿਖਾ ਕੇ ਲਿਆਉਂਦੇ ਹਾਂ ਜੋ ਸੋਹਣਾ ਹੀ ਆ ਫਿਰ ਆਣ ਕੇ ਸੌਂਦੇ ਹਾਂ ਫਿਰ ਮੈਂ ਉੱਠਿਆ ਯਕੀਨ ਕਰੋ ਗਾਈਸ ਜਿੰਨੀ ਸਪੀਚ ਮੈਂ ਕਦੀ ਇੰਨੀ ਸਪੀਚ ਦਿੱਤੀ ਨਹੀਂ ਹੈਗੀ ਜਿਹੜੀ ਇੰਨੀ ਬਲੋਗ ਵਿੱਚ ਦੇ ਦਿੱਤੀ ਹੈ ਠੀਕ ਹੈ ਬਾਕੀ ਚਲੋ ਹੁਣ ਬਾਹਰ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਠੀਕ ਹੈ ਇਹ ਸਾਡੀ ਪਾਣੀ ਵਾਲੀ ਕੈਨ ਅਤੇ ਆ ਅਸੀਂ ਕੁਛ ਪੌਦਾ ਲਗਾਇਆ ਸੀਗਾ ਇੱਥੇ ਦੇਖੋ ਛੋਟੇ ਛੋਟੇ ਪੌਦੇ ਨਿਕਲ ਆਏ ਨਾ ਫੁੱਲ ਜੇ ਮਾਸ਼ਾ ਅੱਲਾ ਅਤੇ ਇਹਦੇ ਵਿੱਚ ਲਗਾਏ ਆ ਅਸੀਂ ਨਾਲ ਟਮਾਟਰ ਨਹੀਂ ਹੁੰਦੇ ਉਹਨਾਂ ਦੇ ਬੀਜ ਸਿੱਟੇ ਹੋਏ ਆ ਉਹ ਵੀ ਨਿਕਲ ਆਉਂਦੇ ਆ ਬਾਕੀ ਆ ਕੁਛ ਸਾਡਾ ਪਿਆੜਾ ਜਿਹਾ ਗਰਾਜ ਆ ਪਿਆੜਾ ਹੀ ਆ ਕਿਉਂਕਿ ਇੱਥੇ ਕਿਹੜਾ ਕੋਈ ਸਫਾਈ ਕਰਨ ਵਾਲਾ ਵਾ ਅਤੇ ਉਹ ਸਾਹਮਣੇ ਕਚੜਾ ਇੱਥੇ ਜਿਹੜਾ ਚੱਕ ਕੇ ਲੱਗ ਜਾਣਾ ਉਹਨਾਂ ਨੇ ਆਹ ਆਪਣੀ ਗਲੀ ਆ ਗਾਈਸ ਪਿਆੜੀ ਜਿਹੀ ਗਲੀ ਆ ਛੋਟੀ ਜੀ ਪਰ ਇਹਦੇ ਵਿੱਚ ਜਦੋਂ ਵੇਖੋ ਮੇਰੀਆਂ ਗੱਡੀਆਂ ਖਲੋਤੀਆਂ ਰਹਿੰਦੀਆਂ ਆਹ ਮੇਰੀਆਂ ਗੱਡੀਆਂ ਆ ਸਾਰੀਆਂ ਅੱਗੇ ਪਿੱਛੇ ਆ ਲੈਨ ਸਿਰ ਜਿੰਨੀਆਂ ਵੀ ਆ ਸਾਰੀਆਂ ਮੇਰੀਆਂ ਗੱਡੀਆਂ ਆ ਆ ਵਾ ਆਪਣੀ ਪਿਆੜੀ ਜਿਹੀ ਗੱਡੀ ਨਜ਼ਰ ਆ ਰਹੀ ਬਿਹਤਰੀਨ ਕਾਰ ਅਤੇ ਮਾਸ਼ਾ ਅੱਲਾ ਬਹੁਤ ਪਿਆਰੀ ਕਾਰ ਆਪਣੀ ਹੈ ਕਿ ਜ਼ਬਰਦਸਤ ਕਾਰ ਆ ਬਾਕੀ ਸੁਬਹਾ ਸੁਬਹਾ ਦਾ ਵਿਊ ਤਾਂ ਇਸ ਤਰ੍ਹਾਂ ਹੀ ਹੈ ਕਰੋ ਬੜੀ ਬੰਬ ਕਾਰ ਆ ਬੜੀ ਬੰਬ ਕਾਰ ਬਾਕੀ ਪੁਰਾਣਾ ਮਾਡਲ ਆ ਗਾਈਸ ਪੁਰਾਣਾ ਮਾਡਲ ਤੁਹਾਨੂੰ ਪਤਾ ਹੀ ਹੈ ਫਿਰ ਕਿਸ ਤਰ੍ਹਾਂ ਦੇ ਹੁੰਦੇ ਆ ਜਿਹੜੀਆਂ ਹੁੰਦੀਆਂ ਗੱਡੀਆਂ ਆਉਂਦੀਆਂ ਉਹ ਤਾਂ ਹਲਕੀਆਂ ਹੁੰਦੀਆਂ ਜਿਹੜਾ ਪੁਰਾਣੇ ਮਾਡਲ ਉਹ ਤਕਰੀਬਨ ਥੋੜ੍ਹੇ ਅੱਛੇ ਹੁੰਦੇ ਬਹੁਤ ਅੱਛੇ ਹੁੰਦੇ ਥੋੜ੍ਹੇ ਨਹੀਂ ਬਹੁਤ ਅੱਛੇ ਹੁੰਦੇ ਬਾਕੀ ਦੇਖੋ ਇੱਥੇ ਜ਼ਿਆਦਾ ਕੁਛ ਆਹੀ ਕੁਛ ਆ ਇੱਧਰ ਲੇਡੀ ਕਿਉਂਕਿ ਇੱਧਰ ਸਾਰੇ ਖਾਰਜੀ ਰਹਿੰਦੇ ਨਾ ਜਿੰਨੇ ਵੀ ਆ ਮਤਲਬ ਸਾਰੇ ਪਾਕਿਸਤਾਨ ਦੇ ਵਿੱਚ ਇੰਡੀਆ ਨਾਲ ਕੋਈ ਕੋਈ ਮਿਸਰੀ ਅਤੇ ਕੁਛ ਕੁਛ ਇਸ ਤਰ੍ਹਾਂ ਦੇ ਉਹ ਬਹੁਤ ਲਫ਼ਜ਼ ਬੋਲਦੇ ਉਹ ਹੀ ਜ਼ਿਆਦਾਤਰ ਰਹਿੰਦੇ ਇੱਥੇ ਆਪਣੀ ਮਸਜਿਦ ਆ ਠੀਕ ਹੈ ਇਹ ਛੋਟਾ ਦਰਵਾਜ਼ਾ ਜਿੱਥੋਂ ਮਾਮਸਾ ਬੰਦੇ ਜਾਂਦੇ ਆ ਠੀਕ ਹੈ ਅਤੇ ਮੈਂ ਕਿਹਾ ਸੁਬਹਾ ਸੁਬਹਾ ਤਾਂ ਤੁਹਾਨੂੰ ਸ਼ੂਟ ਕਰਾਉਂਦੇ ਵਲੋਗ ਬਣਾਉਂਦੇ ਥੋੜ੍ਹਾ ਬਹੁਤਾ ਜਿਸ ਨਾਲ ਬਣੇਗਾ ਕੋਈ ਕੁਛ ਨਹੀਂ ਬਣਾਉਂਦੇ ਆ ਇੱਥੇ ਤਾਂ ਮੈਨੂੰ ਜ਼ਰਾ ਵੀ ਮਜ਼ਾ ਨਹੀਂ ਆਇਆ ਇੱਥੇ ਤਾਂ ਮੈਂ ਕਹਾਂ ਈਦ ਤਾਂ ਉੱਥੇ ਮਜ਼ਾ ਆਉਂਦਾ ਆਪਣੀ ਗੱਡੀ 'ਚ
ਉਹ ਨਾ ਕੋਈ ਚੱਸ ਨਾ ਹੋਰ ਨਾ ਕਿਤੇ ਫਿੜਨ ਤੁਰਨ ਗਏ ਕੁਛ ਨਹੀਂ ਇੱਡਾ ਸ਼ੂਟ ਨਹੀਂ ਕੁਛ ਖਾਸ ਸ਼ੂਟ ਨਹੀਂ ਹੁੰਦੇ ਸਮਝ ਨਹੀਂ ਆਉਂਦੀ ਕਰੇ ਕੀ ਬੰਦਾ ਬਾਕੀ ਚਲੋ ਜਿਸ ਤਰ੍ਹਾਂ ਬਣਦੇ ਆ ਬਸ ਮਰਾਂ ਹੀ ਜਾਣਾ ਆਪਾਂ ਛੱਡਣਾ ਨਹੀਂ ਹੈ ਫਿਰ ਵੀ ਤੁਸੀਂ ਯੂਟਿਊਬ 'ਤੇ ਮੈਨੂੰ ਮੇਰੇ ਸਵਾਲ ਦਾ ਜਵਾਬ ਦਿਓ ਬੇਸ਼ੱਕ ਨਾ ਦਿਓ ਕਿ ਫੇਮਸ ਹੋਣਾ ਕਿ ਨਹੀਂ ਹੋਣਾ ਪਰ ਆਪਾਂ ਕੰਮ ਨਹੀਂ ਛੱਡਣਾ ਕਰਦੇ ਰਹਿਣਾ ਜਿਹੜੇ ਇੰਨੇ ਤਰੀਕੇ ਜਮਾ ਕੇ ਵੇਖ ਲਏ ਕੀ ਕੁਛ ਵੀਡੀਓ ਸਿੱਟ ਕੇ ਦੇਖਦੀ ਪਰ ਕੁਛ ਸਮਝ ਨਹੀਂ ਆਉਂਦੀ ਬਾਕੀ ਜਿਹੜੀ ਆਪਣੀ ਕਾਰਡ ਨਾ ਉਹਦਾ ਰਿਵਿਊ ਦੇਵਾਂਗੇ ਆਪਾਂ ਅੰਦਰੋਂ ਤੁਹਾਨੂੰ ਦਿਖਾਵਾਂਗੇ ਬਕਾਇਦਾ ਤੁਸੀਂ ਥੋੜ੍ਹੀ ਬਹੁਤੀ ਵੇਖ ਲਈ ਹੋਣੀ ਪਰ ਉਹਦਾ ਪ੍ਰੋਪਰ ਦੇਵਾਂਗੇ ਟੂਰ ਥੋੜ੍ਹਾ ਬਹੁਤਾ ਪਰ ਜ਼ਬਰਦਸਤ ਕਾਰਡ ਹੈਗਾ ਇਸ ਟੋਟਾ ਦੀ ਇੱਥੇ ਜ਼ਿਆਦਾਤਰ ਕਿ ਟੋਟਾ ਦੀਆਂ ਕਾਰਾਂ ਚੱਲਦੀਆਂ ਅੱਛੀਆਂ ਕਾਰਾਂ ਵਾ ਤੇਲ ਮੈਂ ਤੇਲ ਹੀ ਤਕਰੀਬਨ ਅੱਛਾ ਉਹਨਾਂ ਦਾ ਐਵਰੇਜ ਠੀਕ ਇੱਥੇ ਹੁੰਦੀ ਹੈ ਚਲਾਈ ਹੈ ਪਰ ਘੱਟ ਵੱਧ ਹਜੇ ਤਾਂ ਵਲੋਗ ਨਹੀਂ ਬਣਾਇਆ ਪੜਦਾ ਠੀਕ ਹੈ ਸੁਬਹਾ ਸੁਬਹਾ ਇੱਥੇ ਇਹੀ ਹੈ ਕੁਛ ਐਡਾ ਖਾਸ ਨਹੀਂ ਹੋਰ ਦੇਖ ਲਓ ਬਾਕੀ ਆ ਸਾਡੀ ਗਲੀ ਆ ਗਾਈਜ਼ ਮਜ਼ੇ ਦੀ ਆ ਚੀਜ਼ ਜਿਹੜੀ ਜਾ ਰਹੀ ਨਾ ਸਾਈਕਲ 'ਤੇ ਆ ਵੇਖੋ ਆ ਮਜ਼ੇ ਦੱਸ ਮੈਂ ਨਾਸ਼ਤਾ ਨਹੀਂ ਕੀਤਾ ਸੋਵਾਂ ਲੱਗਾ ਸੀ ਮੈਂ ਕਿਹਾ ਪਰ ਵਲੋਗ ਬਣਾਉਂਦੇ ਆਪਾਂ ਚਲੋ ਫਿਰ ਹੁਣ ਦੱਸ ਦਿਓ ਮੈਨੂੰ ਫੇਮਸ ਹੋਣਾ ਕਿ ਮੈਂ ਨਹੀਂ ਹੋਣਾ ਹੈਗਾ ਬਾਕੀ ਵੀਡੀਓ 'ਤੇ ਆਪਾਂ ਨਹੀਂ ਛੱਡਣੀਆਂ ਬਣਾਉਣੀਆਂ ਬਾਕੀ ਹੁਣ ਆਪਾਂ ਜਾ ਕੇ ਨਾ ਇਸ ਤਰ੍ਹਾਂ ਕੋਲੋਂ ਬੜੀ ਤਰ੍ਹਾਂ ਟੂਰ ਸ਼ੂਟ ਦਿਖਾਤਾ ਥੋੜ੍ਹਾ ਬਹੁਤਾ ਮੈਂ ਬਾਕੀ ਚਲੋ ਤੁਸੀਂ ਇੱਦਾਂ ਕਰੋ ਤੁਹਾਨੂੰ ਰੋਡ ਦਾ ਵੀ ਥੋੜ੍ਹਾ ਦਿਖਾ ਦਿੰਦਾ ਇੱਧਰ ਜਿਹੜਾ ਮੇਨ ਰੋਡ ਆ ਨਾ ਸਾਡਾ ਉਹ ਵੀ ਥੋੜ੍ਹਾ ਬਹੁਤਾ ਦਿਖਾ ਦਈਏ ਸੁਬਹਾ ਸੁਬਹਾ ਕਿਸ ਤਰ੍ਹਾਂ ਦਾ ਲੱਗਦਾ ਬਟ ਇੱਥੋਂ ਦਾ ਵਿਊ ਵੈਸੇ ਗਾ ਜੀ ਮਜ਼ੇ ਦਾ ਵਾ ਸੁਧਿਰ ਮੈਂ ਨਹੀਂ ਕਹਿੰਦਾ ਨਹੀਂ ਮਜ਼ੇ ਦਾ ਮਜ਼ੇ ਦਾ ਵਾ ਵੈਰੀ ਗੁੱਡ ਪਰ ਸ਼ੂਟ ਨਹੀਂ ਹੋ ਰਿਹਾ ਉਹ ਲੈਦਾ ਗੱਲ ਬਾਕੀ ਚਲੋ ਚੱਲਦੇ ਹਾਂ ਉੱਥੇ ਤੁਹਾਨੂੰ ਦਿਖਾਉਂਦੇ ਥੋੜ੍ਹਾ ਗੜੀ ਦਾ ਖਾਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਜਾ ਕੇ ਸੌਂਗੇ ਠੀਕ ਹੈ ਚਲੋ ਦੇਖੋ ਅਸਲਾਮ ਵਾਲੇਕੁਮ ਗਲੀ ਗੰਦੀ ਵੀ ਥੋੜ੍ਹੀ ਹੈਗੀ ਆ ਪਰ ਇਹ ਵੀ ਕੁਛ ਸ਼ੱਕ ਨਹੀਂ ਹੈਗਾ ਕੁਛ ਕੁਛ ਮੈਂ ਛੱਡ ਨਹੀਂ ਨਾ ਸਕਦਾ ਹਰ ਚੀਜ਼ ਕਵਰ ਹੋ ਜਾਣੀ ਆ ਫਿਰ ਹੁਣ ਇੱਥੇ ਕੀ ਆ ਗਾਈ ਜਿੱਥੋਂ ਗਲੀ 'ਚੋਂ ਬਾਹਰ ਨਿਕਲੋ ਅਤੇ ਇੱਧਰਲੀ ਸਾਈਡ 'ਤੇ ਦੁਕਾਨਾਂ ਵਾ ਪਰ ਬੰਦ ਆ ਵਿੱਚੋਂ ਇੱਧਰਲੀ ਸਾਈਡ 'ਤੇ ਵੀ ਉਹੀ ਹਿਸਾਬ ਆ ਦੁਕਾਨਾਂ ਵਾ ਬਕਾਲੇ ਵਗੈਰਾ ਕਾਫੀ ਕੁਛ ਆ ਸਬਜ਼ੀਆਂ ਦੁਕਾਨਾਂ ਸਾੜੀਆਂ ਪਰ ਵਿੱਚੋਂ ਬੰਦ ਵੀ ਆ ਅਤੇ ਗੱਡੀਆਂ ਵੇਖੋ ਤੁਸੀਂ ਬਸ ਟੈਕਸੀਆਂ ਦਈਏ ਅਤੇ ਵੋ ਫਲਾਨ ਟਿੰਗਾ ਆਹ ਤਕਰੀਬਨ ਆਹ ਛੋਟਾ ਜਿਹਾ ਕਬੂਤਰ ਜਿਹਾ ਇਹਨੂੰ ਕੀ ਕਹਿ ਲਓ ਤੋਤੀ ਜੀ ਆ ਜੋ ਵੀ ਆ ਹੁਣੀ ਵੇਖੀ ਨਹੀਂ ਤਾਂ ਮੈਂ ਤਾਂ ਕੁਛ ਵੇਖਿਆ ਹੀ ਨਹੀਂਗਾ ਐਡਾ ਕੁਛ ਨਾ ਕਾਂ ਵਿਖੇ ਆ ਉੱਡ ਗਈ ਦੁਕਾਨਾਂ ਲੋਕ ਖੋਲ੍ਹ ਰਹੇ ਆ ਉਹ ਤਾਂ ਖੁੱਲ੍ਹਾ ਆ ਵਾ ਬਾਕੀ ਚਲੋ ਇਸ ਤਰ੍ਹਾਂ ਕਰਦੇ ਹੁਣ ਆਪਾਂ ਜਾ ਕੇ ਨਾ ਸੁਣਦੇ ਹਾਂ ਗੁੱਡ ਨਾਈਟ ਪਰ ਅਸੀਂ ਉੱਠਾਂਗੇ ਬਾਕੀ ਵਲੋਗ ਜਿੰਨਾ ਥੋੜ੍ਹਾ ਪਤਾ ਬਣੇਗਾ ਬਣਾਵਾਂਗੇ ਨਹੀਂ ਤਾਂ ਫਿਰ ਆਹੀ ਵਲੋਗ ਪੋਸਟ ਕਰਾਂਗੇ ਇਹ ਵੀ ਵੈਸੇ ਕਾਫੀ ਵੱਡਾ ਹੋ ਗਿਆ ਠੀਕ ਹੈ ਅਤੇ ਚਲੋ ਫਿਰ ਲਾਫੀਜ ਬਾਏ ਬਾਏ ਮਿਲਦੇ ਹਾਂ ਤੁਹਾਡੇ ਬਾਰਾਂ ਵੀ ਮਿਲਦੇ ਉਸ ਸਮੇਂ ਉੱਠ ਕੇ ਲੋਹਰ ਦੇ ਨਮਾਜ਼ ਕਰ ਠੀਕ ਹੈ ਹੈਲੋ ਗੁੱਡ ਦੁਪਹਿਰ ਸੁਬਹਾ ਨੂੰ ਉੱਠੋ ਗੁੱਡ ਮੋਰਨਿੰਗ ਕਹੀਦਾ ਇਸ ਲਈ ਮੈਂ ਕਿਹਾ ਗੁੱਡ ਦੁਪਹਿਰ ਅਤੇ ਬੀਬੀ ਕੀ ਹਾਲ ਚਾਲ ਠੀਕ ਹੋ ਸੋ ਕੇ ਗਏ ਉੱਠ ਜਲਦੀ ਜਲਦੀ ਨਹਾਈਏ ਫਰੈਸ਼ ਹੋਈਏ ਉਸ ਤੋਂ ਬਾਅਦ ਫਿਰ ਨਮਾਜ਼ ਪੜ੍ਹੀਏ ਕਿਉਂਕਿ ਟਾਈਮ 11:30 ਹੋ ਗਿਆ ਅਤੇ ਫਿਰ ਨਾਸ਼ਾ ਉਸੇ ਦਾ ਸਹਿਣ ਬਣਾਉਂਦੇ ਹਾਂ ਬਾਕੀ ਜੋ ਮੈਂ ਕਿਹਾ ਜ਼ਿਹਨ 'ਚ ਰੱਖਿਓ ਉਹਦੇ ਬਾਰੇ ਕੁਛ ਸੋਚਿਓ ਠੀਕ ਹੈ ਸੁਬਹ ਜਿਹੜਾ ਵਲੋਗ ਬਣਾਇਆ ਸੀ ਥੋੜ੍ਹਾ ਬਹੁਤਾ ਉਹਦਾ ਕਹਿਣਾ ਫੇਮਸ ਦਾ ਸਭ ਤੱਕ ਵੀ ਲਾਓ ਚਲੋ ਫਿਰ ਨਹਾਉਂਦੇ ਹਾਂ ਉਸ ਤੋਂ ਬਾਅਦ ਮਿਲਦੇ ਹਾਂ ਗਾਇਜ਼ ਨਹਾ ਕੇ ਫਰੈਸ਼ ਹੋ ਗਏ ਹਾਂ ਨਹਾ ਕੇ ਬੰਦਾ ਵੈਸੇ ਵੀ ਫਰੈਸ਼ ਹੋ ਹੀ ਜਾਂਦਾ ਨਮਾਜ਼ ਪੜ੍ਹਨ ਜਾ ਰਹੇ ਹਾਂ ਧੁੱਪ ਬਹੁਤ ਜ਼ਿਆਦਾ ਲੱਗੀ ਹੋਈ ਖੀਰ ਦੀ ਧੁੱਪ ਲੱਗੀ ਆ ਯਕੀਨ ਕਰੋ ਬਹੁਤ ਧੁੱਪ ਲੱਗੀ ਬਾਕੀ ਚਲੋ ਨਮਾਜ਼ ਪੜ੍ਹਦੇ ਹਾਂ ਹੁਣ ਦੋ ਟਾਈਮ ਨਾਲ ਠੀਕ ਆ ਸੰਤਾ ਪੜ੍ਹ ਲਈਏ ਕਿਉਂਕਿ ਹੋਰ ਵੀ ਤਾਂ ਫਾਸਟ ਹੀ ਆ ਜਮਾਤ ਨੇ ਦਸਤੀ ਖੜੀ ਕਰ ਦੇਣੀ ਬਣਾਇਆ
ਸਮਾਨ ਵੇਚਣ ਲਈ ਰੱਖ ਗਿਆ, ਫਿਰ ਨਮਾਜ਼ ਤੋਂ ਬਾਅਦ ਕੁਝ ਲੈ ਲਏਗਾ। ਸੁਬਾਹ ਇੱਥੇ ਨਮਾਜ਼ ਬੜੀ ਬਾਹਰ ਮਸਜਿਦ ਬੰਦ ਹੋ ਗਈ ਸੀ। ਦੇਖੋ ਗਾਇਜ਼ ਇੱਥੇ ਇੱਦਾਂ ਹੀ ਆ ਗਾਇਜ਼, ਜਿੱਧਰ ਇੱਦਾਂ ਦਾ ਠੀਪਾ ਚੱਲਦਾ ਇੱਕ, ਅਤੇ ਇਹਨਾਂ ਰੋਟੀ ਆ ਜਾਂਦੀ ਹੈ, ਚਾਰ ਠੀਪੇ ਆ ਅਤੇ ਚਾਰ ਰੋਟੀਆਂ ਲਿਆਉਣੀਆਂ ਵਾ। ਦੇਖੋ ਹੁਣ 12 ਵਜੇ ਤੋਂ ਬਾਅਦ ਕਿੱਦਾਂ ਚੱਲਣ ਦਿਆ ਦੁਕਾਨਾਂ, ਇਹਨਾਂ ਸਹੀ 10 ਵਜੇ ਕੰਮ ਸ਼ੁਰੂ ਹੁੰਦਾ, 8-9 ਵਜੇ ਤਕਰੀਬਨ ਇਤਨੇ ਵਜੇ, ਕੋਈ ਰਾਤ ਨੂੰ ਲੇਟ ਸੌਂਦੇ ਨਾ, ਫਿਰ ਚਲੋ ਰੋਟੀ ਲੈਂਦੇ ਹਾਂ ਫਿਰ ਖਾਂਦੇ ਜਾ ਕੇ, ਠੀਕ ਹੈ।